ਆ ਪਰਵੇਜ਼ ਭਰਾਊ, ਉਹ ਤੂੰ ਇਸ ਨੂੰ ਕੀ ਦੇਂਦਾ ਪਿਆ? ਅਸਾਂ ਤਾਂ ਇਹਦੇ ਬਾਰੇ ਕੁਝ ਹੋਰ ਸੋਚੇ ਸੀ। ਦੇਖਣਾ ਅਸੀਂ ਲੱਤਾਂ ਪਾਵਾਂ, ਅਸਾਂ ਨੇ ਤਾਂ ਬੰਨ ਤਰੋੜ ਦਿੱਤੀਆਂ। ਦੇਖੋ ਨੇ ਇਸ ਹਾਲਤ ਅਸਾਂ ਕਰ ਦਿੱਤੀ, ਹਾਲਾਂ ਜਿਸ ਨੇ ਹੋਰ ਡਰਾਮਾਬਾਜ਼ੀ ਕਰਨ ਲੱਗੇ ਸਾਂ। ਔਰ ਮੇਰਾ ਸ਼ੇਖਾ ਭਾਈ ਤਾਂ ਅਸੀਂ ਦੋਵੇਂ ਹੈ, ਤਾਂ ਤੂੰ ਇਸ ਨੂੰ ਕਿਹਾ ਭੀਖ ਮੰਗਣ ਵਾਸਤੇ ਦੇ ਰਿਹਾ, ਔਰ ਭੀਖ ਨੂੰ ਇਸਦੀ ਕੋਈ ਜ਼ਰੂਰਤ ਨਹੀਂ ਹੈ। ਇਹ ਤਾਂ ਜੱਦੀ ਪੁਛਤੀ ਬਹੁਤ ਬੜੇ ਧੜੇ ਲਾਉਣ, ਇਹਨਾਂ ਕੋਲ ਪੈਸੇ ਦੀ ਕਮੀ ਕੋਈ ਨਹੀਂ। ਅੱਜ ਤਾਂ ਅਸੀਂ ਇਸ ਤਰ੍ਹਾਂ ਡਰਾਮਾਬਾਜ਼ੀ ਕਰਨ ਲੱਗੇ ਸਾਂ। ਇਸ ਨੇ ਡਰਾਮਾਬਾਜ਼ੀ ਕਰਕੇ ਰੋਡ 'ਤੇ ਬਹਿ ਕੇ ਇਹ ਮੰਗਣ ਵਾਲੀ ਹਾਲਤ ਬਣਾਈ ਹੈ। ਇਸ ਨੂੰ ਸ਼ਰਮ ਤਾਂ ਹੈ ਹੀ ਕੋਈ ਨਹੀਂ, ਅਸੀਂ ਤਾਂ ਕੁਝ ਹੋਰ ਇਸ ਨਾਲ ਡਰਾਮਾਬਾਜ਼ੀ ਕਰਨ ਲੱਗੇ ਹਾਂ। ਕਿਉਂ ਮੇਰੇ ਸ਼ੇਖੇ ਭਾਈ? ਪਰਵੇਜ਼ ਭਾਈ ਹਟ ਜਾ, ਤੂੰ ਕਿਸੇ ਹੋਰ ਨੂੰ ਭੀਖ ਦੇ, ਇਸ ਨੂੰ ਕਿਹਾ ਭੀਖ ਦੇ ਰਿਹਾ। ਹਟ ਜਾ, ਅਸੀਂ ਜ਼ਰਾ ਇਸ ਨਾਲ ਇੱਕ ਡਰਾਮਾਬਾਜ਼ੀ ਕਰਨ ਲੱਗੇ ਹਾਂ। ਡਰਾਮਾਬਾਜ਼ੀ ਇਸ ਨੇ ਕਰਨੀ ਹੈ, ਜ਼ਰਾ ਇਸ ਨੂੰ ਇਹ ਲਾਊਡ ਸਪੀਕਰ ਇਹਦੇ ਵਾਸਤੇ ਲਾਇਆ ਵਾ, ਜ਼ਰਾ ਇਸ ਨੂੰ ਨਗਮੇ ਅੱਛੇ ਕਿਸਮ ਨਗਮੇ ਸੁਣਾਉਂਦੇ ਹਾਂ। ਇਸ ਨੂੰ ਕੋਈ ਸ਼ਰਮ ਆਵੇ, ਰੋਡ 'ਤੇ ਬਹਿ ਕੇ ਦੇਖੋ ਨਾ, ਲੱਤਾਂ ਮਾਵੇਂ ਤੋੜ ਕੇ ਬੈਠਿਆ, ਤਾਂ ਮੰਗਣ ਵਾਲੇ ਇਸ ਨੇ ਹਾਲਤ ਬਣਾਈ, ਸ਼ਰਮ ਯਾਹ ਤਾਂ ਇਸ ਨੂੰ ਹੈ ਹੀ ਨਹੀਂ ਹੈ। ਇਹ ਵੀ ਕਹਿੰਦਾ ਸੀ ਮੈਂ ਵੀ ਮੁਲਕ ਦਾ ਸਰਬਰਾਹ ਹਾਂ, ਮੁਲਕ ਦਾ ਸਰਬਰਾਹ, ਮੈਂ ਵੀ ਇੱਕ ਬੜਾ ਵਜ਼ੀਰ ਹਾਂ, ਅਸੀਂ ਅੱਜ ਇਸ ਵਜ਼ਾਰਤ ਕੱਢਣੇ ਨਾ ਬਾਹਰ, ਜ਼ਰਾ ਤੂੰ ਇਸ ਨੂੰ ਕਿਹਾ ਦੇ ਰਿਹਾ, ਭੀਖ ਦੇ ਰਿਹਾ। ਪਰਵੇਜ਼ ਬਰਾਊ, ਭੀਖ ਇਸ ਨੂੰ ਨਾ ਦੇ, ਕੋਈ ਦੇਣ ਦੀ ਜ਼ਰੂਰਤ ਨਹੀਂ ਹੈ, ਇਸ ਨੂੰ ਇਸੇ ਤਰ੍ਹਾਂ ਰਹਿਣ ਦੇ, ਰੋਡ 'ਤੇ ਜ਼ਰਾ ਪਲਸੇਟੀਆਂ ਮਾਰਦਾ ਰਹੇ। ਅੱਛਾ ਚਾਚੇ ਪਰਵੇਜ਼, ਤੂੰ ਤਾਂ ਬਹੁਤ ਚੰਗਾ, ਦੇਖ ਮੈਨੂੰ ਭੀਖ ਦੇ ਰਿਹਾ, ਇਹਨਾਂ ਨੇ ਐਕਸੀਡੈਂਟ ਕਰਕੇ, ਦੇਖੋ ਨਾ ਮੈਨੂੰ ਜ਼ਖਮੀ, ਤਾਂ ਡੰਗਾਂ ਲੱਤਾਂ ਬਾਹਾਂ ਬੰਨ ਦਿੱਤੀਆਂ ਇਹਨਾਂ ਚਾਚਾ ਫਵਾਦਿਆਂ ਨੇ, ਤੇ ਇਸ ਚਾਚਾ ਸ਼ੇਖੀ ਨੇ, ਇਹਨਾਂ ਨੂੰ ਸ਼ਰਮ ਆਇਆ ਨੀ, ਮੈਂ ਤੇ ਮਜ਼ਦੂਰ ਕਰ ਦਿੱਤਾ ਨੇ, ਤਾਂ ਹੁਣ ਮੈਂ ਕੀ ਕਰ ਸਕਾਂ ਫਿਰ, ਮੈਂ ਕੁਛ ਵੀ ਨਹੀਂ ਕਰ ਸਕਦਾ, ਹੁਣ ਤਾਂ ਫਿਰ ਮੈਂ ਰੋਡ ਦਿੱਤੇ ਭੀਖ ਹੀ ਮੰਗਣਾ ਨਾ ਕਿਸੇ ਕੋਲ ਗੱਲਾਂ ਵੀ। ਚਾਚਾ ਪਰਵੇਜ਼, ਤੂੰ ਮੈਨੂੰ ਕੁਛ ਭੀਖ ਦੇ ਰਿਹਾ ਕੋਈ, ਫਿਰ ਹੁਣ ਮੇਰਾ ਖਰਚਾ ਬਣ ਜਾ ਸੀ, ਮੈਂ ਤਾਂ ਹੁਣ ਤਾਂ ਫਿਰ ਕਿਸੇ ਕੰਮ ਜੋਗੇ ਹੀ ਨਾ ਰਿਹਾ, ਇਹਨਾਂ ਨੇ ਤਾਂ ਮੈਨੂੰ ਲੱਤਾਂ ਬਾਹਾਂ ਬੰਨ ਤੋੜ ਛੱਡੀਆਂ, ਇਹ ਮੋਟਰਸਾਈਕਲ ਲਾ ਕੇ, ਤਾਂ ਹੁਣ ਪਿੱਛੇ ਲਾਊਡ ਸਪੀਕਰ ਲਾ ਦਿੱਤਾ ਨੇ, ਤਾਂ ਹੁਣ ਇਹ ਉੱਚੀ ਉੱਚੀ ਆਵਾਜ਼ਾਂ ਕੱਢਕੇ, ਤੇ ਮੇਰਾ ਜਾਣ ਪੁੱਛ ਕੇ ਮੈਨੂੰ ਤੰਗ ਕਰਨ ਸੁਣੇ ਇਹਨਾਂ ਦੇ, ਅੱਜ ਇਹਨਾਂ ਨੇ ਡਰਾਮਾਬਾਜ਼ੀ ਮੇਰੇ ਨਾਲ ਕਰਨੀ ਸੀ। ਚਾਚਾ ਸ਼ੁਕਰ ਹੈ ਤੂੰ ਆਇਆ, ਤਾਂ ਮੈਨੂੰ ਚਾਚਾ ਪੈਸੇ ਦੇਣੇ ਪਏ, ਤੂੰ ਚੰਗਾ ਚਾਚਾ ਪਰਵੇਜ਼ ਲਾਈ। ਅਭੀ ਬਜਾ ਆਏਗਾ ਨਾ ਭਿੜੋ। ਉਹ ਮੈਂ ਤਾਂ ਬੱਚੇ ਅੰਮ੍ਰਿਤ ਸਾਰਿਆਂ ਦੀ ਮਦਦ ਕਰਦਾ ਹਾਂ ਜਿਹੜਾ ਵੀ ਆ ਜਾਵੇ। ਉਹ ਇਹ ਮੇਰੇ ਸੰਗੀ ਨੇ, ਮੇਰੇ ਯਾਰ ਬੇਲੀ ਨੇ, ਮੇਰੇ ਜਿਗਰੀ ਯਾਰ ਨੇ, ਫਵਾਦ ਚੌਧਰੀ ਤੇ ਇਹ ਸ਼ੇਖਾ, ਇਹ ਮੇਰੇ ਲੇਕਿਨ ਇਹ ਬਿਲਕੁਲ ਸ਼ੈਤਾਨੀਆਂ ਕਰਦੇ ਰਹਿੰਦੇ ਨੇ, ਮੈਨੂੰ ਪਤਾ ਇਹ ਨਾਟਕ ਡਰਾਮਾਬਾਜ਼ੀਆਂ ਕਰਦੇ ਰਹਿੰਦੇ ਨੇ। ਦੇਖਣਾ ਤੇਰਾ ਇੰਨਾ ਕੀ ਹਾਲ ਕਰਦਾ ਹੁਣ, ਜੋ ਤੂੰ ਭੀਖ ਮੰਗਣ ਜੋਗੇ ਹੀ ਰਹਿ ਗਿਆ। ਸੋਹਣਿਆ ਬੱਚਿਆ, ਉਹ ਤੂੰ ਦੇਖਣਾ ਕਿਤਨੀ ਸੋਹਣੀ ਤੇਰੀ ਬਾਟੀ, ਬਿਲਾਵਲ ਬੱਚੇ ਤੂੰ ਕਿਤਨੀ ਖੂਬਸੂਰਤ, ਮੈਂ ਤਾਂ ਫਿਰ ਵੀ ਲੋਕਾਂ ਨਾਲ ਚੰਗਾ ਕਰਦਾ ਰਹਿਣਾ ਹਾਂ, ਹੁਣ ਤੂੰ ਮੰਗ ਤੇ ਪਿੰਡ ਤੇ ਅਯਾਸ਼ੀ ਮਾਰ। ਪਿਆਰੇ ਦੋਸਤੋ, ਵੀਡੀਓ ਨੂੰ ਲਾਈਕ ਕਮੈਂਟ ਔਰ ਸ਼ੇਅਰ ਕਰ ਦਿਓ। ਮੇਰੀ ਇੱਕ ਫਨੀ ਖਾਕਾ ਐਸਾ ਕਿਸੇ ਪਾੜੀ ਨਾਲ ਕੋਈ ਤਲਕ ਵਾਸਤਾ ਨਹੀਂ ਹੈ, ਅਗਰ ਕਿਸੇ ਦੀ ਦਿਲ ਆਜ਼ਾਰੀ ਹੋਈ ਹੋਵੇ ਤਾਂ ਦਿਲ ਨਾਲ ਮਦਦ ਖਾਵਾਂ।